ਅੱਲਾ ਦਾ ਸ਼ੁਕਰ ਹੈ ਕਿ ਇਹੀ ਬਸਤੀ ਚ ਆਪਾਂ ਨੂੰ ਕੋਈ ਨਹੀਂ ਜਾਣਦਾ ਅਲਹਮਦੁਲਿਲਾ ਦਵਾਈ ਤੇ ਲਪਿਓ ਕਿਨ ਸੀ ਅਲਹਮਦੁਲਿਲਾ ਨਾਮ ਮੁਰਾਦਾ ਦਵਾਈਆਂ ਸ਼ਵਾਂ ਪਿਆਰ ਕਰ ਦੂ ਪਾਣੀ ਭਰ ਆ ਤੇ ਸੱਤ ਰੰਗੀ ਦਵਾ ਬਣਾ ਰੱਖ ਆਪਾਂ ਹੀ ਵਸੇ ਤੇ ਸਿੱਧੇ ਸਾਦੇ ਲੋਕ ਲੁਕੜਾ ਸੱਚੇ ਸੱਚੇ ਡਾਕਟਰ ਬਣ ਗਈ ਬੰਦੇ ਦਾ ਕੁੱਟ ਬੜਾ ਕਰ ਹੁਣ ਅਸਾਂ ਟੂ ਨੰਬਰ ਦਵਾਇਆ ਵੇਚ ਵੇਚ ਤੇ ਪੈਸਾ ਇਕੱਠਾ ਕਰੇ ਤੇ ਵਸੇਬ ਤੇ ਸਿੱਧੇ ਸਾਦੇ ਲੋਕ ਕੋ ਲੁੱਟੇ ਸੂ ਦੁਆ ਕਰ ਆਪਣਾ ਹੁਣ ਧੰਦਾ ਚੱਲ ਵਜੇ ਨੀਅਤ ਨੇਕ ਤੇ ਪਿੰਡਾ ਦੇਖ ਮਾਂ ਪਿੰਡੇ ਤੇ ਪੁੱਤ ਸਭ ਕਰੀ ਇਮਾਨਦਾਰੀ ਵਾਲੇ ਕੰਮ ਕਰੋ ਇਮਾਨਦਾਰੀ ਵਾਲੇ ਇਹ ਕੋਈ ਕੰਮ ਹੈ ਆਪਣਾ ਵਸੇਬ ਦੇ ਕੰਮ ਲੁੱਟੋ ਲੁੱਟੋ ਹਰ ਵੇਲੇ ਮੇਰੀ ਬੇਇੱਜ਼ਤੀ ਹਰ ਵੇਲੇ ਮੇਰੀ ਬੇਇੱਜ਼ਤੀ ਕਰਨੀ ਮੈਂ ਕੋ ਮੁਸਤਕਿਲ ਬੇਇੱਜ਼ਤਾ ਸਮਝੀ ਦੀ ਕਿਆ ਮੈਂ ਵੀ ਨਾ ਬੰਦੇ ਪੱਖੋਂ ਸਾਰੇ ਹਾਲਾਤ ਤੇਰੇ ਦੱਸੇ ਤਾਂ ਮੈਂ ਫੇ ਤੂੰ ਨੰਬਰ ਕੰਮ ਕਰੇ ਨਹੀਂ ਬੰਦਾ ਹੀ ਚੰਗਾ ਕਹਿ ਦੇਵੀ ਹੁਣ ਦੇਖ ਅੱਬਾ ਇਹ ਕੋ ਪਤਾ ਪਹਿਲੀ ਦਫਾ ਮੈਂ ਉੱਤੇ ਲਿਫਟ ਕਰਵਾਈ ਹੈ ਤੇ ਦੱਸਾ ਕੋ ਤਾਂ ਖੋਤਿਆ ਟੁੱਟਿਆ ਨਹੀਂ ਪਈ ਤੇ ਮੂੰਹ ਪਿਉ ਦਾ ਵਾਸਤੇ ਜਿਨਾ ਅਜ ਤੱਕ ਪਤਾ ਨਹੀਂ ਲੱਗਾ ਤੇ ਕੋ ਤੇਰੀ ਇਮਾਨਦਾਰੀ ਦਾ ਵਾਸਤੇ ਮੇਰੇ ਬੱਚਿਆ ਆਖਰੀ ਤੇ ਕੋ ਆਪਣੀ ਇਮਾਨਦਾਰੀ ਦਾ ਵਾਸਤੇ ਅੱਛਾ ਚੱਲ ਵੇ ਚੱਲ ਬਣ ਇਮਾਨਦਾਰੀ ਦਾ ਵਾਸਤਾ ਹੀ ਤੇ ਕੋ ਤੇਰੇ ਮੂੰਹ ਪਿਉ ਦਾ ਵਾਸਤੇ ਜਿਨਾ ਅਜ ਤੱਕ ਕੇਸ ਚੱਲਦਾ ਮਾਫ ਕਰ ਮਾਫ ਕਰ ਮੇਰਾ ਪੁੱਤਰ ਚਲੋ ਠੀਕ ਹੈ ਠੀਕ ਹੈ ਮਾਫ ਕੀਤਾ ਤੇ ਕੋਈ ਇਮਾਨਦਾਰੀ ਦਾ ਵਾਸਤਾ ਲੈਣਾ ਬੈਠੀ ਚਲੋ ਮਾਫ ਕਰਨਾ ਮੈਂ ਐਂਦਾ ਮੇਰੇ ਨਾਲ ਮੈਂ ਬੇਇੱਜ਼ਤੀ ਦੀ ਗੱਲ ਨਾ ਕਰੀ ਮੇਰੀ ਮੈਂ ਕੱਲੇ ਨੇ ਥੋੜੀ ਤੇ ਵੇਸੇ ਹੀ ਬੱਕਲਾ ਬੈਠਾ ਨਾ ਵੀ ਬੱਕਰਿਆਂ ਦੀ ਕਰਵਾ ਦੇ ਹੁਣ ਬੰਦੇ ਦਾ ਪੁੱਤਰ ਬਾਹਰ ਤੇ ਦੁਕਾਨਦਾਰ ਕਰੋ ਮਨ ਕੋਈ ਮਰੀਜ਼ ਦੇ ਦੇਦਾ ਦੇਦਾ ਮੈਂ ਤਿਆਰੀ ਕਰ ਲਈ ਨਹੀਂ ਨਿਕਲਦੀ ਵਾੜੀ ਕਹਿ ਡਾਕਟਰ ਸਾਹਿਬ ਮੂੰਹ ਖੋਲ ਕਿਵੇਂ ਨਾ ਆਵੇ ਕੁੱਤੇ ਲੱਟੀ ਕਾਜੋ ਲਾਤੇ ਸੀ ਸਾਹਬ ਤੇਰੀ ਬੜੀ ਪਿੰਡ ਦਾ ਛੰਡਾ ਪਾ ਦਿੱਤਾ ਕੰਮ ਕਿਆ ਕਰਨ ਦੇ ਸਹੀ ਸਾਹਬ ਹੁਣ ਪੁੱਲੇ ਦੇ ਚ ਵੇ ਕਿਵੇਂ ਕਿ ਨੂੰ ਹੈ ਸਾਹਮਣੇ ਜਾਦੂਗਰ ਦੇ ਪੁੱਤ